ਸਵਾਗਤ ਹੈ ਜੀ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਖਾਸ ਮੁਲਾਕਾਤ ਦੇ ਸਾਡੇ ਖਾਸ ਸ਼ੋਅ ਦੇ ਵਿੱਚ ਜਿਵੇਂ ਕਿ ਹਰ ਹਫ਼ਤੇ ਅਸੀਂ ਦਰਸ਼ਕਾਂ ਨੂੰ ਵੱਖ-ਵੱਖ ਸਖਸ਼ੀਤਾਵਾਂ ਦੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਨਾਮਣਾ ਖੱਟਿਆ ਜੋ ਵੱਖ-ਵੱਖ ਖੇਤਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਸਮਾਜਿਕ ਖੇਤਰ ਦੀਆਂ ਧਾਰਮਿਕ ਖੇਤਰ ਦੀਆਂ ਸਖਸ਼ੀਤਾ ਜਿਨ੍ਹਾਂ ਨੇ ਇੱਕ ਆਪਣਾ ਨਾਮ ਬਣਾਇਆ ਹੈ ਪਿਛਲੇ ਸਾਲਾਂ ਦੇ ਵਿੱਚ ਆਪਣੀਆਂ ਅਚੀਵਮੈਂਟਸ ਦੇ ਨਾਲ ਉਹਨਾਂ ਨੂੰ ਅਸੀਂ ਆਪਣੇ ਸ਼ੋਅ ਦੇ ਵਿੱਚ ਲੈ ਕੇ ਆਉਣੇ ਆ ਅੱਜ ਅਸੀਂ ਇੱਕ ਅਜਿਹੇ ਕਿਰਦਾਰ ਨੂੰ ਅਜਿਹੇ ਵਿਅਕਤੀ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜੋ 35 ਸਾਲ ਤੋਂ ਰਾਮਲੀਲਾ ਦੇ ਨਾਲ ਜੁੜੇ ਹੋਏ ਨੇ ਔਰ ਰਾਮਲੀਲਾ ਦੇ ਵਿੱਚ ਵੱਖ-ਵੱਖ ਕਿਰਦਾਰ ਨਿਭਾਉਂਦੇ ਆ ਰਹੇ ਨੇ ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮੀਡੀਆ profession ਦੇ ਨਾਲ ਜੁੜੇ ਹੋਏ ਨੇ ਸਾਡੇ ਰੋਜ਼ ਦੇ ਮਿਲਣ ਵਾਲਿਆਂ ਚੋਂ ਨੇ ਮੀਡੀਆ ਨਾਲ ਰਿਲੇਟਿਡ ਕੰਮ ਕਰਦੇ ਨੇ ਪ੍ਰੈਸ ਫੋਟੋਗ੍ਰਾਫਰ ਨੇ ਔਰ ਉਸ ਦੇ ਨਾਲ ਨਾਲ 35 ਸਾਲ ਤੋਂ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾ ਰਹੇ ਨੇ ਅੱਜ ਕੱਲ ਨਰਾਤੇ ਸ਼ੁਰੂ ਹੋ ਹੋ ਚੁੱਕੇ ਨੇ ਔਰ ਨਰਾਤਿਆਂ ਦੇ ਦੌਰਾਨ ਰਾਮਲੀਲਾ ਦਾ ਪੂਰਾ ਜ਼ੋਰ ਹੁੰਦਾ ਹੈ ਸਾਰੇ ਪਾਸੇ ਕਿਸ ਤਰੀਕੇ ਨਾਲ ਇਹ ਆਪਣੀ ਜ਼ਿੰਮੇਵਾਰੀ ਨੂੰ ਮੈਨੇਜ ਕਰਦੇ ਨੇ ਕਿਸ ਤਰੀਕੇ ਨਾਲ ਇਸ ਦੇ ਨਾਲ ਜੁੜੇ ਸੋ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਤਜਰਬੇ ਅੱਜ ਇਸ ਮੰਚ ਤੋਂ ਸਾਂਝੇ ਕਰਾਂਗੇ ਸੁਨੀਲ ਸ਼ਰਮਾ ਸਾਡੇ ਨਾਲ ਨੇ ਸੁਨੀਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਦੇ ਵਿੱਚ ਸ਼ੁਰੂਆਤ ਮੈਂ ਕਰੂੰਗਾ ਕਿ ਤੁਸੀਂ মিডিਆ ਪ੍ਰੋਫੈਸ਼ਨ ਦੇ ਵਿੱਚੋਂ ਪ੍ਰੈਸ ਫੋਟੋਗ੍ਰਾਫਰੋਂ ਪਿਛਲੇ ਲੰਬੇ ਟਾਈਮ ਤੋਂ ਐਜ਼ ਅ ਪ੍ਰੈਸ ਫੋਟੋਗ੍ਰਾਫਰ ਕੰਮ ਕਰਦੇ ਆ ਰਹੇ ਹੋ ਪਰ ਉਸ ਦੇ ਨਾਲ ਨਾਲ RAM ਲੀਲਾ ਦਾ ਕਰੈਕਟਰ ਇੱਕ ਤਰੀਕੇ ਨਾਲ ਇੱਕ ਥੀਏਟਰ ਆਰਟਿਸਟ ਜਿਵੇਂ ਹੁੰਦਾ ਉਸ ਤਰੀਕੇ ਦਾ ਔਰ মিডিਆ ਪ੍ਰੈਸ ਫੋਟੋਗ੍ਰਾਫਰ ਹੋਣਾ ਔਰ RAM ਲੀਲਾ ਦੇ ਵਿੱਚ ਕਰੈਕਟਰ ਕਰਨਾ ਇਹਦੇ ਨਾਲ ਜੁੜੇ ਕਿਵੇਂ ਔਰ ਦੋਨਾਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰਦੇ ਐਕਚੁਅਲੀ ਜਦੋਂ ਅਸੀਂ ਬੱਚੇ ਸੀਗੇ ਛੋਟੇ ਬੱਚੇ ਸੀਗੇ 78 ਦੀ ਗੱਲ ਹੈ ਤੇ ਸਾਡੇ ਮਾਸਟਰ ਜੀ ਜਿਹੜੇ ਨਰਿੰਦਰ ਸ਼ਰਮਾ ਜੀ ਹੈਗੇ ਆ ਉਹ ਯੂਨੀਵਰਸਿਟੀ ਦੇ ਵਿੱਚ ਰਾਮਲਾ ਕਰਦੇ ਸੀਗੇ ਉੱਥੇ ਰਾਵਣ ਦਾ ਔਰ ਦਸ਼ਰਥ ਦਾ ਰੋਲ ਕਰਦੇ ਸੀਗੇ ਤੇ ਸਾਡੇ ਫਾਦਰ ਜਿਹੜੇ ਸਾਨੂੰ ਸਾਈਕਲ ਤੇ ਰਾਮਲਾ ਦਿਖਾਣ ਜਾਂਦੇ ਹੁੰਦੇ ਸੀਗੇ ਉਸ ਟਾਈਮ ਸਾਡੇ ਦਿਮਾਗ ਆਇਆ ਵੀ ਆਪਾਂ ਵੀ ਕਰਾਂਗੇ ਜਦੋਂ ਵੱਡੇ ਹੋਵਾਂਗੇ ਆਪਾਂ ਵੀ ਕਰਾਂਗੇ ਚਲੋ ਉਦੋਂ ਤਾਂ ਬਚਪਨ ਸੀਗਾ ਨਿਕਲ ਗਿਆ ਫਿਰ ਕਰਦੇ ਕਰਦੇ ਜਦੋਂ ਆਪਾਂ 78 ਦੇ ਵਿੱਚ ਆ ਗਏ ਤੇ ਫਿਰ 23 ਸੈਕਟਰ ਇੱਕ ਜਾਗਰਤਾ ਸੀਗਾ ਮਾਤਰਾ ਜਾਗਰਣ ਸੀਗਾ ਮੈਂ ਉੱਥੇ ਉਹ ਜਾਗਰਣ ਦੇਖਣ ਗਿਆ ਤੇ ਉੱਥੇ ਰਾਮਲਾ ਸ਼ੁਰੂ ਹੋਈ ਹੋਈ ਸੀਗੀ ਉਹਨਾਂ ਨੇ ਮੈਨੂੰ ਜੋ ਦੇਖਿਆ ਤੇ ਉਹ ਉਹਨਾਂ ਨੇ ਕਿਹਾ ਵੀ ਚਲੋ ਵੀ ਇਹਦਾ ਫੇਸ ਸੱਚਾ ਹੈ ਥੋੜਾ ਸਮਾਰਟਪਨ ਹੈਗਾ ਰਾਮਲਾਡ ਦਾ ਫੇਸ ਹੀ ਚਾਹੀਦਾ ਹੁੰਦੇ ਆ ਠੀਕ ਹੈ ਨਾ ਕਲਾਕਾਰ ਲਈ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਰਾਮਲਾ ਕਰੋਗੇ ਮੈਂ ਕਹੀ ਕਰ ਲਾਂਗੇ ਤੇ ਕੰਦੇ ਅਸੀਂ ਉਰੇ 23 ਸੈਕਟਰ ਰਾਮਲਾ ਕਰਦੇ ਉਹ ਰਾਮਲਾਡ ਦਾ ਨਾਮ ਸੀ ਜਾਗਰਤੀ ਰਾਮਲਾ ਕਮੇਟੀ ਸੈਕਟਰ ਤੇ ਅੱਜ ਵੀ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਤੇ ਮੈਂ ਸੈਕਟਰ ਕੀਤਾ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਕੱਲ ਤੋਂ ਰੈਸਲ ਚ ਆ ਜਾਣਾ ਉਹਨਾਂ ਨੇ ਮੈਨੂੰ ਪਤਲਾ ਹੋਣ ਦੇ ਦੇਖ ਕੇ ਉਹਨਾਂ ਨੇ ਮੈਨੂੰ ਪਹਿਲਾ ਰੋਲ ਦਿੱਤਾ ਸੀ ਸ਼ਤਰੂਗੰਦ ਦਾ ਉੱਥੇ ਡਾਇਰੈਕਟਰ ਸੀਗੇ ਜੀ ਆਪਣੇ ਸੁਖਵਿੰਦਰ ਸਿੰਘ ਜੀ ਈਵਨ ਕਿ ਸਰਦਾਰ ਫੈਮਿਲੀ ਉਹ ਸੀਗਾ ਬੜਾ ਅੱਛਾ ਲੱਗਿਆ ਸਾਨੂੰ ਵੀ ਸਰਦਾਰ ਫੈਮਿਲੀ ਰਾਮ ਲਾਲ ਨਾਲ ਜੁੜੇ ਹੋਏ ਉਹਨਾਂ ਨੇ ਮੈਨੂੰ ਦਿੱਤਾ ਜੀ ਆਪਣਾ ਕਿਰਦਾਰ ਇਹਦਾ ਆਪਣਾ ਸ਼ਤਰੂਗੰਦ ਦਾ ਯਾਨੀ ਕਿ ਪੜਤ ਤਾ ਭਰਾ ਰਾਮ ਲక్ష్ਣ ਪੜਤ ਸ਼ਤਰੂਗੰਦ ਜੀ ਠੀਕ ਹੈ ਜੀ ਮੈਂ ਉੱਥੇ 1 ਸਾਲ ਰੋਲ ਕੀਤਾ 1 ਸਾਲ ਤੋਂ ਬਾਅਦ ਆਪਣੇ ਸਾਡੇ ਸੈਕਟਰ 17 ਸ਼੍ਰੀ ਰਾਮ ਲਾਲ ਕਮੇਟੀ ਸੈਕਟਰ 17 ਪਰੇਡ ਗਰਾਊਂਡ 'ਚ ਜਿਹਦੇ ਡਾਇਰੈਕਟਰ ਹੈਗੇ ਸ਼੍ਰੀ ਸੁਰੇਸ਼ ਬਖਸ਼ੀ ਜੀ ਠੀਕ ਹੈ ਉਹਨਾਂ ਨੂੰ ਇੱਕ ਕਿਰਦਾਰ ਦੀ ਲੋੜ ਸੀਗੇ ਉੱਥੇ ਰਜਿੰਦਰ ਬੱਗਾ ਜੀ RAM ਜੀ ਦਾ ਰੋਲ ਕਰਦੇ ਸੀਗੇ ਪਹਿਲਾਂ ਉਹਨਾਂ ਦੇ ਫਾਦਰ ਕਰਦੇ ਸੀ ਸੋਨ ਲਾਲ ਸੋਨਾ ਜੀ ਰੋਲ ਉਹਨਾਂ ਨੇ ਕਿਹਾ ਵੀ ਐ ਸਾਨੂੰ ਕਲਾਕਾਰ ਦੀ ਲੋੜ ਹੈਗੀ ਹੈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਰਜਿੰਦਰ ਬੱਗਾ ਨੇ ਉਹ ਕਹਿੰਦੇ ਸਾਡੇ RAM ਲਾਲ ਜੀ ਕਲਾਕਾਰ ਦੀ ਲੋੜ ਹੈ ਜੇ ਤੁਸੀਂ ਜਾਣ ਚੰਦੇ ਚੱਲ ਪੋ ਮੈਂ ਚਲੋ ਕੋਈ ਨਹੀਂ ਚੱਲ ਬੰਦੇ RAM ਲਾਲੇ ਕਰਨੀ ਹੈ ਇੱਧਰ ਕੀਤੀ ਹੈ ਉੱਧਰ ਕੀਤੀ ਗੱਲ ਤੇ ਕੋ RAM ਜੀ ਦੇ ਚਰਨਾ ਜਾ ਮੈਂ ਚਲੋ ਆਪਾਂ ਚੱਲ ਪੰਦੇ ਜੀ ਉੱਥੇ ਸਾਨੂੰ ਡਾਇਰੈਕਟਰ ਮਿਲੇ ਸਾਡੇ ਸੁਰੇਸ਼ ਬਖਸ਼ੀ ਜੀ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਹਨੂਮਾਨ ਜੀ ਦਾ ਰੋਲ ਕਰੋਗੇ ਮੈਂ ਮੈਂ ਤਾਂ ਮੋਟਾਪਨ ਹੈ ਨਹੀਂ ਤੇ ਸਾਨੂੰ ਮੋਟਾ ਪੰਨਣਾ ਚਾਹੀਦਾ ਸਾਨੂੰ ਫੇਸ ਚੇਂਜ ਦਾ ਮੈਂ ਕੋਈ ਨਹੀਂ ਕਰ ਲਾਂਗੇ 79 ਤੇ ਫਿਰ ਮੈਂ ਹਨੂਮਾਨ ਜੀ ਦਾ ਰੋਲ ਕੀਤਾ ਜੀ ਹਨੂਮਾਨ ਉੱਥੇ ਮੈਂ ਕੰਟੀਨਿਊਸ 13 ਸਾਲ ਉੱਥੇ ਹਨੂਮਾਨ ਜੀ ਦਾ ਰੋਲ ਕੀਤਾ ਔਰ ਬੜੀ ਸ਼ਰਦਾ ਨਾ ਰੋਲ ਕੀਤਾ ਮੈਂ ਮੈਂ ਤੁਸੀਂ ਚੰਡੀਗੜ੍ਹ ਦੇ ਵਿੱਚ ਰਾਵਣ ਦਾ ਕਰੈਕਟਰ ਨਿਭਾਉਣ ਕਰਕੇ ਫੇਮਸ ਹੋ ਅਸੀਂ ਵੀ ਜਿੰਨਾ ਟਾਈਮ ਅਖਬਾਰਾਂ ਚ ਮੀਡੀਆ ਚ ਦੇਖਿਆ ਰਾਵਣ ਦੇ ਕਰੈਕਟਰ ਕਰਕੇ ਸੋ ਸ਼ੁਰੂਆਤ ਜਿਹੜੀ 라ਵਨ ਦੇ ਕੈਰੇਕਟਰ ਦੀ ਉਹ ਫਿਰ ਕਨਵਰਟ ਕਿਵੇਂ ਹੋਏ ਜਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਨਹੀਂ ਐਸਟ ਫਿੱਟ ਨਹੀਂ ਬੈਠਦੇ ਜਾਂ 라ਵਨ ਦਾ ਜਿਆਦਾ ਤੁਹਾਨੂੰ ਇਨਸਪਾਇਰ ਕੀਤਾ ਕਰੇ ਨਹੀਂ 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 13 ਸਾਲ ਜਦੋਂ ਮੈਂ ਹਨੂਮਾਨ ਜੀ ਦਾ ਰੋਲ ਕੀਤਾ ਉਹ ਤਾਂ ਮੈਂ ਜਿਆਦਾ ਮੇਰੇ ਮੋਟਾਪਾ ਪਨ ਨਹੀਂ ਸੀਗਾ ਸਿਹਤ ਵੀ ਨਹੀਂ ਸੀਗੀ ਬਚਪਨਾਂ ਵੀ ਗੱਦਾ ਉਦੋਂ 13 ਸਾਲ ਤੋਂ ਬਾਅਦ ਫਿਰ ਮੈਂ ਬਣਿਆ ਦਸ਼ਰਤ ਦਸ਼ਰਤ ਦੀ ਦਸ਼ਰਦੀ ਨਾ ਮਤ ਕਿ ਡੀਨ ਡੋਲ ਜਿਹੜਾ ਮੈਂ ਫਿਰ ਦਾੜੀ ਰੱਖਣੀ ਸ਼ੁਰੂ ਕਰਤੀ ਫਿਰ ਉਹਨਾਂ ਨੇ ਮਨੂੰ ਦਸ਼ਰਤ ਬਣਾਤਾ ਠੀਕ ਹੈ ਫਿਰ 13 ਸਾਲ ਕੰਟੀਨਿਊਸ ਮੈਂ ਦਸ਼ਰਤ ਬਣਿਆ ਪਰ ਸਾਡੇ ਮਹਿੰਦਰ ਪੂਰੀ ਜੀ ਰਾਵਨ ਜੀ ਦਾ ਰੋਲ ਕਰਦੇ ਸੀਗੇ ਉਹਨਾਂ ਦੀ ਡੈਥ ਹੋ ਗਈ ਜੀ ਉਹਨਾਂ ਦੀ ਡੈਥ ਹੋਈ 2005 ਚ 2006 ਚ ਫਿਰ ਰਾਵਨ ਦਾ ਰੋਲ ਕਰਨਾ ਸੀਗਾ ਤੇ ਸਾਡੇ ਜਿਹੜੇ ਡਾਇਰੈਕਟਰ ਸੀਗੇ ਸੁਰੇਸ਼ ਬਖਸ਼ੀ ਉਹ ਕੰਦੇ ਵੀ ਹੁਣ ਤੋਂ ਰਾਵਨ ਦਾ ਰੋਲ ਕਰੇਗਾ ਮੈਂ ਕਿ ਜਿੱਥੇ ਡਿਊਟੀ ਲਾਉਗੇ ਆਪਾਂ ਦਾ ਰੋਲ ਹੀ ਕਰਨਾ ਤੇ ਉਹਨਾਂ ਨੇ ਸਾਡੇ ਕਰਤਾਰ ਗਈ ਜਿਹੜੇ ਮੇਕਅਪ ਡਾਇਰੈਕਟਰ ਹੈ ਕਰਤਾਰ ਗਈ ਉਹਨਾਂ ਨੇ ਮੇਰਾ ਹਨੂਮਾਨ ਜੀ ਦਾ ਵੀ ਮੇਕਅਪ ਉਹਨਾਂ ਨੇ ਕੀਤਾ ਫਿਰ ਰਾਜਾ ਦਸ਼ਰਧਰ ਰੋਲ ਕੀਤਾ ਤਾਂ ਵੀ ਉਹਨਾਂ ਨੇ ਮੇਕਅਪ ਕੀਤਾ ਪਰ ਜਿਹੜੀ ਰਾਵਣ ਦੀ ਗੈਟਅ ਬੁਣਾਣੀ ਸੀ ਉਹਦੇ ਲਈ ਉਹਨਾਂ ਨੇ ਕਰਤਾਰ ਜੀ ਦੇ ਨਾਲ ਗੱਲ ਕੀਤੀ ਸਾਡੇ ਡਾਇਰੈਕਟਰ ਜੀ ਨੇ ਸੁਰੇਸ਼ ਬਖਸ਼ੀ ਜੀ ਨੇ ਵੀ ਆ ਕਰਤਾਰ ਜੀ ਆਪਣਾ ਰਾਵਣ ਦਾ ਰੋਲ ਲਈ ਠੀਕ ਰਹੇਗਾ ਉਹਨਾਂ ਨੇ ਕਿਹਾ ਵੀ ਫੇਸ ਅੱਛਾ ਹੈ ਮੋਛ ਲਗਾ ਲਾਂਗੇ ਹੋਰ ਬੰਦਾ ਭਾਰੀ ਹੋ ਜਾਏਗਾ ਤੇ ਵੀ ਠੀਕ ਹੈ ਜੀ ਮੋਨੂ ਕਹਿੰਦਾ ਕਾਕਾ ਹੁਣ ਸਵੇਰੇ ਦਾੜੀ ਕਟਾ ਲੈਣਾ ਸੀ ਕਿਉਂਕਿ ਮੈਂ ਦਾੜੀ ਨਹੀਂ ਕਟਾਈ ਸੀ ਦਾੜੀ ਦੇ ਨਾਲ ਦਸ਼ਰਧਰ ਰੋਲ ਚੱਲ ਜਾਂਦਾ ਸੀ ਫਿਰ ਮੈਂ 라ਵਨ ਦੇ ਲਈ ਦਾੜੀ ਕਟਾਈ ਫਿਰ ਉਹਨਾਂ ਨੇ ਮੇਰੇ ਮੋਚ ਚ ਲਾ ਕੇ ਦੇਖੇ ਤੁਸੀਂ ਮੀਡੀਆ ਚ ਕਦੋਂ ਕਿੰਨੇ ਕਦੋਂ ਜੁੜੇ ਮੀਡੀਆ ਨਾਲ ਮੈਂ ਮੀਡੀਆ ਜਾਈ ਮੈਂ 2000 ਚ ਮੈਂ ਹਜੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਸੀਗਾ ਉਸ ਤੋਂ ਬਾਅਦ 2000 ਚ ਬਾਸਕਰ ਖਵਾ ਰਹੇ ਡੈਨਿਕ ਬਾਸਕਰ ਖਵਾ ਰਹੇ ਮੈਨੂੰ ਉਹਨਾਂ ਨੇ ਕੰਟੈਕਟ ਕੀਤਾ ਵੀ ਯਾਨੀ ਕਿ ਸਾਨੂੰ ਫੋਟੋ ਰਿਪੋਰਟਰ ਦੀ ਲੋੜ ਹੈ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਮੇਰਾ ਉਹਨਾਂ ਨੇ ਕੰਮ ਦੇਖਿਆ ਇੱਕ ਦੋ ਸੈਮਿੰਟ ਦਿੱਤੀ ਮੈਂ ਕਰਕੇ ਦਿਖਾ ਦਿੱਤੀ ਉਹਨਾਂ ਕਹਿੰਦੇ ਚਲੋ ਅੱਛਾ ਕੰਮ ਕਰ ਰਹੇ ਹੈ ਤੇ ਉਹਨਾਂ ਨੇ ਮੈਨੂੰ ਹਜੇ ਫੋਟੋ ਜਰਨਲਿਸਟ ਰੱਖ ਲਿਆ ਠੀਕ ਹੈ ਤੇ ਫਿਰ ਆ ਸਮਾਜ ਅਖਬਾਰ ਹੈ ਹੁਣ ਮੈਂ ਉਹਦੇ ਆ ਸਮਾਜ ਅਖਬਾਰ ਚਾ ਲੇਕਿਨ ਇੱਕ ਖਾਸ ਹੀਤਾ ਜੀ ਅਖਬਾਰ ਦੀ ਐਡੀਟਰ ਤੇ ਡਿਪੈਂਡ ਹੁੰਦੀ ਐ ਅਖਬਾਰ ਹਮ ਰਾਮਲਾ ਦੀ ਐਡੀਟਰ ਕੋਈ ਵੀ ਨਿਕੇਗਾ ਵੀ ਹਾਂ ਯਾਰ ਬੰਦਾ ਇੰਨਾ ਫਰੀ ਕਰ ਦੋ ਲੇਕਿਨ ਸਾਡੇ ਜਦੋਂ ਦੈਨਿਕ ਵਾਸਰੇ ਸਾਡੇ ਐਡੀਟਰ ਸੀਗੇ ਨਦੀਸ਼ त्याਗੀ ਜੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਹਿੰਦਾ ਮੈਂ ਤਾਂ ਇੰਨੇ ਸਾਲ ਤੋਂ ਰਾਮਲਾ ਕਰਦਾ ਵੀ ਮੇਰੀ ਆ ਪ੍ਰੋਬਲਮ ਐ ਜਦੋਂ ਮੇਰੀ ਜੁਆਇਨਿੰਗ ਹੋਈ ਉਹ ਕਦੇ ਕੋਈ ਬਾਤ ਨਹੀਂ ਬਾਕੀ ਮੈਂ ਕਹਿੰਦਾ ਮੈਂ ਛੁੱਟੀ ਨਹੀਂ ਕਰਦਾ ਹਮ ਔਰ ਅੱਜ ਤੱਕ ਮੈਂ ਛੁੱਟੀ ਕਿਤੇ ਨਹੀਂ ਕਦੇ ਵੀ ਨੀ ਫਿਰ ਵੀ ਇੱਕ ਇੱਕ মিডিਆ ਪਰਸਨਲੀ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਮੈਂ ਖੁਦ ਇੱਕ ਜਰਨਲਿਸਟ ਐ ਸੋ ਆਪਾ ਤਾਂ 24 ਘੰਟੇ ਔਨ ਡਿਊਟੀ ਐ ਕਿਸੇ ਟਾਈਮ ਵੀ ਔਨ ਕਾਲ ਐ ਕਿ ਕਦੋਂ ਵੀ ਤੁਹਾਨੂੰ ਬੁਲਾਇਆ ਜਾ ਸਕਦਾ ਕੋਈ ਵੀ ਇਨਸੀਡੈਂਟ ਹੋ ਗਿਆ ਕਦੇ ਵੀ ਭੱਜ ਕੇ ਅੱਧੀ ਰਾਤ ਨੂੰ ਵੀ ਜਾਣਾ ਪੈ ਜਾਂਦਾ ਸੋ ਐਸੇ ਵਿੱਚ ਇੱਕ ਇੱਕ ਵੱਖਰਾ ਜਿਹੜਾ ਹੈ ਰੋਲ ਤੁਸੀਂ ਰੱਖਣਾ ਸਾਈਡ ਬਾਈ ਸਾਈਡ ਉਸ ਨੂੰ ਮੈਨੇਜ ਕਰਨਾ ਉਹ ਕਿੰਨਾ ਕੁ ਮੁਸ਼ਕਿਲ ਹੈ ਕੋਈ ਮੁਸ਼ਕਿਲ ਨਹੀਂ ਹੈ ਜੀ ਜੇ ਹੁਣ ਫਾਦਰ ਦਾ ਹੱਥ ਬੱਚੇ ਦੇ ਉੱਪਰ ਹੋਏਗਾ ਹੂੰ ਫਿਰ ਕੋਈ ਚੱਕਰ ਨਹੀਂ ਸਾਰੇ ਕੰਮ ਹੋ ਜਾਂਦੇ ਜੀ ਉਹਨਾਂ ਰਾਮ ਜੀ ਦਾ ਹੱਥ ਸਾਡੇ ਸਿਰ ਤੇ ਹੈਗਾ ਤੇ ਰਾਮ ਜੀ ਨੇ ਕੰਮ ਕਰਨਾ ਸਾਰਾ ਸਾਡੀ ਡਿਊਟੀ ਵੀ ਫਿਰ ਵੀ ਹੁਣ ਤੁਸੀਂ ਉਹਨੂੰ 2 3 4 ਘੰਟੇ ਤੇ ਉਸ ਕੰਮ ਨੂੰ ਦਿੰਦੇ ਹੋਗੇ ਨਾ 4 5 ਘੰਟੇ ਉਸ ਨੂੰ ਮਤਲਬ ਕਿ 6 ਵਜੇ ਤਾਈਂ 7 ਵਜੇ ਤਾਈਂ ਕੰਮ ਕਰਦਾ ਹਾਂ ਰਾਮ ਲੜਾਪਾ ਰਤੀ 9 ਵਜੇ ਸ਼ੁਰੂ ਕਰਨੀ ਹੈ 8 ਵਜੇ ਆਪਣੀ ਰਾਮ ਲਾ ਪਹੁੰਚ ਜਾਣਾ ਉਹਨਾਂ ਦਾ ਮੇਕਅਪ ਕਰਨਾ ਅੱਧਾ ਪੌਣਾ ਘੰਟਾ ਲੱਗਦਾ ਜੀ ਕਰਕੇ ਆਪਣੀ ਰਾਮ ਲਾ ਸ਼ੁਰੂ ਕਰ ਦੇਣੀ ਰਾਤੀ 12 ਵਜੇ ਰਾਮ ਲਾ ਖਤਮ ਹੁੰਦੀ ਹੈ ਉਸ ਤੋਂ ਅਸੀਂ ਬੈਠ ਜਾਂਦੇ ਸਾਰੇ ਮੁੰਡੇ ਬੈਹ ਜਾਂਦੇ ਵੀ ਕਿੰਨੇ ਅੱਛਾ ਕਲਾ ਦਿਖਾਈ ਡਾਇਰੈਕਟਰ ਸਾਉ ਨੇ ਦੱਸਣਾ ਇੰਨੇ ਅੱਛਾ ਕੀਤਾ ਇਹਦੇ ਆ ਕੰਮ ਇਹ ਰਹੀ ਕੱਲ ਨੂੰ ਆਪਾਂ ਪੂਰੀ ਕਰਾਂਗੇ ਕਦੇ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਕਦੇ ਪ੍ਰੋਫੈਸ਼ਨਲੀ ਕਦੇ ਕਿਸੇ ਨੇ ਰੋਕਿਆ ਟੋਕਿਆ ਨਹੀਂ ਦੱਸਣਾ ਸਾਡੇ ਨਜ਼ਦੀਕ ਸਿਆਗੀ ਜੀ ਸੀਗੇ ਡਾਇਰੈਕਟਰ ਉਹਨਾਂ ਨੇ ਕਦੇ ਵੀ ਕਿਹਾ ਮੈਨੂੰ ਵੀ ਤੂੰ ਨਹੀਂ ਕਰਨੀ ਉਹ ਕਹਿੰਦੇ ਠੀਕ ਹੈ ਕਰੋ ਲੇਕਿਨ ਆਫੀਸਰ ਦਾ ਕੰਮ ਜਿਹੜਾ ਉਹ ਸਫਰ ਨਹੀਂ ਹੋਣਾ ਚਾਹੀਦਾ ਉਹ ਸਫਰ ਨਹੀਂ ਹੋਣਾ ਚਾਹੀਦਾ ਹਮ ਉਹ ਸਾਡੇ ਆਪਣੇ ਅਜੇ ਸ਼ੁਕਲਾ ਜੀ ਹੈਗੇ ਆ ਉਹਨਾਂ ਨੂੰ ਪਤਾ ਮੈਂ ਆਰਾਮ ਲ ਕਰਦਾ ਤੇ ਉਹ ਮੇਰੇ ਨਾਲ ਭਾਸਕਰ ਜੀ ਅਜੇ ਰਿਪੋਰਟਰ ਸੀਗੇ ਉਹ ਆਸਮਾਜ ਦੇ ਅਜੇ ਐਡੀਟਰ ਹੈਗੇ ਆ ਔਰ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੀ 10 ਸਾਲ ਪਹਿਲਾਂ ਤੇ ਉਹ મત ਕਿ ਇੱਧਰ ਹੁਣ ਆਸਮਾਜ ਹੈਗੇ ਇੱਧਰ ਵੀ ਅਸੀਂ ਇਕੱਠੇ ਹੈਗੇ ਜੀ ਉਹਨਾਂ ਨੇ ਕਦੀ ਨਹੀਂ ਕਿਹਾ ਵੀ ਛੁੱਟੀ ਨਹੀਂ ਲੈਣੀ ਮੈਂ ਛੁੱਟੀ ਲੰਦਾ ਹੀ ਨਹੀਂ ਹਮ ਤੇ ਮੈਂ ਚਲੋ 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 ਇਹ ਇੱਕ ਗੱਲਬਾਤ ਸਾਡੀ ਸੁਨੀਲ ਸ਼ਰਮਾ ਹੋਰਾਂ ਨਾਲ ਜਾਰੀ ਰਹੇਗੀ ਹੋਰ ਅੱਗੇ ਅਸੀਂ ਅੱਜਕੱਲ੍ਹ ਰਾਮਲੀਲਾ ਦੇ ਜੋ ਸਰੂਪ ਨੇ ਕਿਸ ਤਰੀਕੇ ਨਾਲ ਰਾਮਲੀਲਾ ਕਰਵਾਈ ਜਾਂਦੀ ਹੈ ਔਰ ਪਿਛਲੇ ਟਾਈਮ ਤੋਂ ਲੈ ਕੇ ਹੁਣ ਤੱਕ ਕੀ ਚੇਂਜਸ ਆਈਆਂ ਇਸ ਬਾਰੇ ਗੱਲਬਾਤ ਕਰਾਂਗੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬ੍ਰੇਕ ਤੋਂ ਬਾਅਦ ਆ ਕੇ ਇਸ ਖਾਸ ਗੱਲਬਾਤ ਨੂੰ ਅੱਗੇ ਵਧਾਉਣੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਡੀ ਖਾਸ ਮੁਲਾਕਾਤ ਚੱਲ ਰਹੀ ਹੈ ਸੁਨੀਲ ਸ਼ਰਮਾ ਹੋਰਾਂ ਨੇ ਨਾਲ ਜਿਹੜੇ 35 ਸਾਲ ਤੋਂ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾਉਂਦੇ ਆ ਰਹੇ ਨੇ ਮੀਡੀਆ profession ਦੇ ਨਾਲ रिलेटेड ਨੇ ਫੋਟੋ ਜਰਨਲਿਸਟ ਨੇ ਔਰ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਕੰਮ ਕਰ ਰਹੇ ਨੇ ਬਤੌਰ ਇੱਕ ਫੋਟੋ ਜਰਨਲਿਸਟ ਔਰ ਉਸ ਦੇ ਨਾਲ ਨਾਲ ਰਾਮਲੀਲਾ ਦੇ ਜਿਹੜੇ ਆਪਣੇ ਕਿਰਦਾਰ ਨੇ ਉਸ ਨੂੰ ਬਰਕਰਾਰ ਰੱਖਿਆ ਹੋਇਆ ਐ ਇਸ ਵਾਰੀ ਸੁਨੀਲ ਜੀ ਅਸੀਂ ਸੁਣਿਆ ਸੀ ਕਿ ਤੁਸੀਂ ਹੁਣ 라ਵਨ ਦੇ ਕੈਰੈਕਟਰ ਤੋਂ ਹਟ ਕੇ ਥੋੜਾ ਹੁਣ ਦੂਸਰੇ ਕੈਰੈਕਟਰ ਵੱਲ ਜਾ ਰਹੇ ਹੋ ਉਹਦੀ ਕੀ ਵਜ੍ਹਾ ਹੈ ਕਿਉਂ ਦੂਸਰਾ ਕੈਰੈਕਟਰ ਹੁਣ ਅਪਣਾਇਆ ਕਿਉਂਕਿ ਤੁਹਾਡੀ ਪਿਛਲੇ ਟਾਈਮ ਦੇ ਵਿੱਚ ਜਿਹੜੀ ਪਛਾਣ ਬਣੀ ਹੈ ਚੰਡੀਗੜ੍ਹ ਮੀਡੀਆ ਦੇ ਵਿੱਚ ਜੋ ਪਛਾਣ ਬਣੀ ਹੈ ਉਹ ਬਤੌਰ ਇੱਕ 라ਵਨ ਦੇ ਕੈਰੈਕਟਰ ਦੇ ਤੌਰ ਤੇ ਬਣੀ ਹੈ ਜਾਂ ਉੱਭਰੀ ਹੈ ਸੋ ਹੁਣ ਇੱਕਦਮ ਟਰੈਕ ਚੇਂਜ ਕਰਨ ਦਾ ਕੀ ਕੀ ਸੁਭਾਅ ਬਣਿਆ ਐਕਚੁਅਲੀ ਮੇਰਾ ਤਾਂ ਚੇਂਜ ਕਰਨ ਦਾ ਮੂਡ ਵੀ ਨਹੀਂ ਸੀਗਾ ਜਿਹੜੀ ਸੱਚੀ ਦੱਸਾਂ ਕਿਉਂਕਿ ਮੈਂ ਜਦੋਂ 라ਵਨ ਦਾ ਰੋਲ ਕੀਤਾ ਹੈ ਤੇ ਮੈਂ ਬਾਹਰ ਜਾ ਕੇ ਰਾਵਣ ਬਣ ਕੇ ਹੀ ਸਾਈਕਲ ਚਲਾਈ ਹਮ ਅੱਛਾ ਮੈਸੇਜ ਦਿੱਤਾ ਹਮ ਸਿਹਤ ਠੀਕ ਰਵੇ ਹਮ ਇੱਕ 라ਵਣ ਬਣ ਕੇ ਮੈਂ ਬਲੱਡ ਡੋਨੇਟ ਕੀਤਾ इवन ਕਿ ਮੈਂ 57 ਟਾਈਮ ਬਲੱਡ ਡੋਨੇਟ ਕੀਤਾ ਹਮ ਹੁਣ ਮੇਰੇ ਇਹ ਮੇਰਾ ਬੇਟਾ ਬਣਿਆ ਲਕਸ਼ਮਣ ਹਮ ਉਹ ਲਕਸ਼ਮਣ ਵਰਨ ਦੇ ਨਾਲ ਉਹ ਕੰਦਾ ਵੀ ਡੈਡੀ ਤੁਸੀਂ ਹੁਣ 라ਵਣ ਨਹੀਂ ਬਣੋਗੇ ਹਮ ਤੇ ਮੇਰੇ ਅਸਲੀ ਡੈਡੀ ਬਣ ਕੇ ਤੁਸੀਂ ਕਿਉਂਕਿ ਜਿਹੜੇ ਦਸ਼ਰਤ ਉਹ ਲਕਸ਼ਮਨ ਉਹ ਉਹਨਾਂ ਦੇ ਬੇਟੇ ਹਨ ਜੀ ਇਸ ਕਰਕੇ ਉਹ ਕਹਿੰਦਾ ਵੀ ਤੁਸੀਂ ਅਸਲੀ ਹੁਣ ਮੇਰੇ ਡੈਡੀ ਬਣ ਕੇ ਦਸ਼ਰਤ ਬਣੋ ਤੇ ਮੈਂ ਦਸ਼ਰਤ ਪਹਿਲਾਂ ਵੀ ਬੰਦਰਿਆ 13 ਸਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਆਣੀ ਸੀਗੀ ਤੇ ਮੈਂ ਆਪਣੇ ਡਾਇਰੈਕਟਰ ਸਾਹਿਬ ਨਾਲ ਕੀਤੀ ਗੱਲ ਉਹ ਕਹਿੰਦੇ ਜਿਵੇਂ ਤੁਹਾਡੀ ਚਾਹਵੇਂ ਕਰੋ ਤੇ ਫਿਰ ਮਨੂੰ ਉਹਨਾਂ ਨੇ ਹੁਣ ਦਸ਼ਰਤ ਦਾ ਕਿਰਦਾਰ ਦਿੱਤਾ 35 ਸਾਲਾਂ ਦੇ ਵਿੱਚ ਕੀ ਬਦਲਾਅ ਆਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਸ ਤਰ੍ਹਾਂ ਦਾ 35 ਸਾਲ ਦੇ ਵਿੱਚ ਮੈਂ ਮਤਲਬ ਕਿ 13 ਤੇ 13 26 26 27 ਸਾਲ ਤੱਕ ਕੋਈ ਬਦਲਾਅ ਆਇਆ ਹੀ ਨਹੀਂ ਉਹ ਵੀ 40 ਫੁੱਟ ਦੀ ਸਟੇ ਸੀ ਜਿਵੇਂ ਪਰਦੇ ਖਿਸਦੇ ਸੀਗੇ ਸਾਨੂੰ 5-5-7-10 ਦਿਨ ਪਹਿਲਾਂ ਆ ਕੇ ਤਾਰਾ ਲਗਾਨੀਆਂ ਪੰਦੀਆਂ ਸੀ ਤਾਰਾਂ ਦੇ ਵਿੱਚ ਪਰਦੇ ਪਾਣੇ ਸਾਰਾ ਕੰਮ ਸਾਨੂੰ ਕਰਨਾ ਪੰਦਾ ਸੀ ਮੈਨੂੰ ਲਈ ਕਰਨਾ ਪੈਣਾ ਮੈਨੂੰ ਲਈ ਕਰਨਾ ਪੈਣਾ ਹੁਣ ਅਸੀਂ ਜਿਹੜਾ ਅਸੀਂ ਹੁਣ ਕੀਤਾ ਮੈਂ 2006 ਚ ਬਣਾ ਰਾਵਣ 6 ਜਿਹੜੀ 2006 ਦੀ ਰਾਮਲਾ ਹੋਈ ਉਹ ਸਾਡੀ 24 ਫੁੱਟ ਦੀ ਸਟੇ ਸੀਗੀ ਲੇਕਿਨ ਮੈਂ ਆਪਣੇ ਡਾਇਰੈਕਟਰ ਸੀਰੀਸ਼ ਬਖਸ਼ੀ ਨਾਲ ਗੱਲ ਕੀਤੀ ਉਹ ਕਹਿੰਦੇ ਬੜਾ ਅੱਛਾ ਆਈਡੀਆ ਹੈ ਦੱਸੋ ਮੈਂ ਕਿਹਾ ਜੀ ਆਪਾਂ ਜੋ ਡਾਇਲੌਗ ਬੋਲਦੇ ਹਨ ਜਿਹੜੇ ਪੜਨ ਵਾਲੇ ਬੱਚੇ ਆ ਉਹਨਾਂ ਦੀ ਆਵਾਜ਼ ਜਾਂਦੀ ਨਹੀਂ ਬਾਹਰ ਤੁਸੀਂ ਦੇਖੋ ਨਾ ਰਾਮਲਾ ਜਾਓ ਕਦੀ ਸੀਟੀ ਵੱਜੇਗੀ ਮਾਈਕ ਦੀ ਕਦੀ ਕੋਈ ਪ੍ਰੋਬਲਮ ਆਉਂਦੀ ਸਾਊਂਡ ਦੀ ਪ੍ਰੋਬਲਮ ਅਸੀਂ ਨਾ ਮੈਂ ਕਹਾਂ ਜੀ ਰਿਕਾਰਡਿੰਗ ਕਰਾ ਦਿੰਦੇ ਆ ਉਹ ਕਹਿੰਦੇ ਇਹਦਾ ਖਰਚਾ ਹੈ ਮੈਂ ਕਹਾਂ ਜੀ ਕੋਈ ਗੱਲ ਨਹੀਂ ਖਰਚਾ ਤਾਂ ਹੋਏਗਾ ਹੀ ਕੰਮ ਤਾਂ ਪ੍ਰੋਫੈਸ਼ਨਲ ਹੈ ਚਲੋ ਮੈਂ ਕਹਾਂ ਜੀ ਖਰਚਾ ਵੀ ਹੋ ਜਾਏਗਾ ਤੇ ਮੈਂ ਕਹਾਂ ਆਪਾਂ 90 ਫੁੱਟ ਦੀ ਸਟੇਜ ਬਣਾਵਾਂਗੇ ਤਿੰਨ ਸਟੇਜਾਂ ਵਿੱਚ ਕਨਵਰਟ ਕਰਾਂਗੇ ਤਾਂ ਕਿ ਲੋਕਾਂ ਨੂੰ ਪਰਦਾ ਬੰਦ ਹੀ ਨਹੀਂ ਕਰਨਾ ਸਾਡੀ ਰਾਮ ਨਾਲ ਪਰਦਾ ਹੀ ਨਹੀਂ ਬੰਦ ਹੁੰਦਾ ਨਹੀਂ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਮੰਨ ਲਓ ਤੁਸੀਂ ਉਹਨੂੰ ਹਾਈ ਟੈਕ ਬਣਾ ਕੇ ਚਲਾ ਰਹੇ ਹੋ ਸੋ ਉਹਦੇ ਤੇ ਟੈਲੀਵਿਜ਼ਨ ਚ ਕੀ ਫਰਕ ਹੈ ਫਿਰ ਫਿਰ ਲੋਕ ਟੈਲੀਵਿਜ਼ਨ ਤੇ ਦੇਖ ਲੈਣ ਉੱਥੇ ਸਪੈਸ਼ਲੀ ਕਿਉਂ ਆਣ ਉਹਦੇ ਚ ਕੀ ਫਰਕ ਕੀ ਹੈ ਨਹੀਂ ਟੈਲੀਵਿਜ਼ਨ ਤੋਂ ਆਏਗਾ ਨਹੀਂ ਕੋਈ ਟੈਲੀਵਿਜ਼ਨ ਦਾ ਵੀਡੀਓ ਚੱਲ ਨਹੀਂ ਨਹੀਂ ਸਾਡੀ ਫਿਰ ਕਿਉਂ ਨਹੀਂ ਵੈਸੇ ਜਿਵੇਂ ਮੰਨ ਲਓ ਟੈਲੀਵਿਜ਼ਨ 'ਚ ਕੋਈ ਰਾਮਲੀਲਾ ਆ ਰਹੀ ਹੈ ਕੋਈ ਚੱਲ ਰਹੀ ਹੈ ਜਿਵੇਂ ਕੋਈ ਨਾਟਕ ਆ ਰਿਹਾ ਹੈ ਤਾਂ ਉਹ ਘਰੇ ਟੈਲੀਵਿਜ਼ਨ ਦੇਖਣਾ ਨਾ ਪ੍ਰੇਫਰ ਕਰਨਗੇ ਜੇ ਹਾਈ ਟੈਕ ਦੀ ਬਜਾਏ ਕਿਉਂਕਿ ਰਾਮਲੀਲਾ ਦਾ क्रेज ਤੇ ਉਹ ਹੈ ਕਿ ਜਦੋਂ ਕਿਰਦਾਰ ਆ ਆ ਕੇ ਉੱਥੇ ਬੋਲਦੇ ਆ ਆਪ ਖੜੇ ਹੁੰਦੇ ਆ ਸਾਰਾ ਨਹੀਂ 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 ਅਸੀਂ ਬੋਲਦੇ ਤਾਂ ਅਸੀਂ ਆਪ ਹੀ ਆ ਲੇਕਿਨ ਸਾਡਾ ਮਤਲਬ ਕਿ ਰਿਕਾਰਡਿੰਗ ਕਰਨ ਦਾ ਮਤਲਬ ਆ ਨਹੀਂ ਅਸੀਂ ਬੋਲਦੇ ਹਾਂ ਸਭ ਕੁਝ ਸਾਡਾ ਰਿਕਾਰਡਿੰਗ ਕਰਾ ਦਾ ਮਤਲਬ ਆ ਵੀ ਜੇ ਛੋਟਾ ਬੱਚਾ ਬੈਠਾ ਹੈ ਉਹਨੂੰ ਡਾਇਲੌਗ ਪੂਰਾ ਸੁਣੇ ਇਹਦਾ ਮੈਸੇਜ ਬੱਚਿਆਂ ਨੂੰ ਜਾਣਾ ਤੁਹਾਡਾ ਕਹਿੰਦਾ ਮਤਲਬ ਆ ਜਾਣਾ ਚਾਹੀਦਾ ਉਹ ਜਿਹੜਾ ਸ਼ਰਮਨ ਡਾਇਲੌਗ ਬੋਲ ਰਿਹਾ ਹੈ ਜਾਂ ਜਿਹੜੀ ਆਵਾਜ਼ ਹੈ ਜੋ ਬੱਚਿਆਂ ਦਾ ਨਹੀਂ ਬੱਚਿਆਂ ਨੂੰ ਪਤਾ ਨਹੀਂ ਲੱਗਣਾ ਸਾਡਾ ਰਿਕਾਰਡਿੰਗ ਕਰਾ ਦਾ ਮਤਲਬ ਆ ਹੋਰ ਕੋਈ ਮਤਲਬ ਨਹੀਂ ਆ ਅਸੀਂ ਆ ਨਹੀਂ ਵੀ ਰੋਲ ਨਹੀਂ ਕਰ ਸਕਦੇ ਅਸੀਂ ਕੋਈ ਐਕਟਿੰਗ ਨਹੀਂ ਐਕਟਿੰਗ ਤਾਂ ਅਸੀਂ ਕਰਦੇ ਹੀ ਆ ਅਸੀਂ ਆਪਣੀ ਆਵਾਜ਼ ਹੀ ਕਰਦੇ ਹਾਂ ਸਾਨੂੰ ਕੋਈ ਡਾਇਲੌਗ ਬੋਲਣਾ ਕੋਈ ਰਾਮ ਲਾਲ ਡਾਇਲੌਗ ਬੋਲਣਾ ਜਿਵੇਂ ਇੰਟੀਜ ਬੋਲ ਦੇਣਾ ਸਰਿਲ ਜੀ ਤੁਸੀਂ ਜਿਹੜੇ ਵੀ ਕੈਰੈਕਟਰ ਕੀਤੇ ਐ ਤੁਹਾਡੇ ਆਪਣੇ ਦਿਲ ਦੇ ਨੇੜੇ ਸਭ ਤੋਂ ਜ਼ਿਆਦਾ ਕਿਹੜਾ ਕੈਰੈਕਟਰ ਰਿਹਾ ਔਰ ਉਸ ਕੈਰੈਕਟਰ ਨਾਲ ਜੁੜੇ ਕੋਈ ਕੋਈ ਗੱਲਬਾਤ ਜਾਂ ਕੋਈ ਡਾਇਲੋਗ ਕਿਹੜੇ ਤੁਹਾਨੂੰ ਖੁਦ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੇ ਰਿਹਾ ਰਾਮਨ ਦਾ ਡਾਇਲੋਗ ਤਾਂ ਬੜੇ ਹੈਗੇ ਪਰ ਮੈਂ ਤੁਹਾਨੂੰ ਇੱਕ ਸੁਣਾਉਂਦਾ ਜਿਹੜਾ ਮੇਰਾ ਹੀ ਮੇਰਾ ਹੀ ਫੇਵਰੇਟ ਹੈ ਜੀ ਜਦੋਂ ਸੀਤਾ ਸੁੰਭਰ ਹੁੰਦਾ ਨਾ ਸੀਤਾ ਸੁੰਭਰ ਹੁੰਦਾ ਉਹਦੇ ਰਾਮ ਰਾਵਣ ਦੀ ਐਂਟਰੀ ਹੁੰਦੀ ਹੈ ਤੇ ਲੇਕਿਨ ਰਾਵਣ ਨੇ ਤਨ ਉਸ ਤੋੜ ਦੇਣਾ ਸੀ ਉਹਦੇ ਲਈ ਕੁਝ ਨਹੀਂ ਸੀਗਾ ਲੇਕਿਨ ਉਹਨੂੰ ਆਕਾਸ਼ਬਾਨੀ ਆ ਜਾਂਦੀ ਹੈ ਬਿਟ ਤੇਰੇ ਮਤ ਕਿ ਉਹਦੇ ਆਪਣੇ ਲੰਕਾ 'ਚ ਅੱਗ ਲੱਗ ਗਈ ਹੈ ਇਸ ਕਰਕੇ ਉਹਨੂੰ ਜਾਣਾ ਪੈਣਾ ਹੈ ਨਾ ਉਹ ਡਾਇਲੌਗ ਜਿਹੜਾ ਮੈਂ ਸੁਣਾਦਾ ਤੁਹਾਨੂੰ ਸਾਰੇ ਰਾਜੇ ਮਹਾਰਾਜੇ ਬੈਠੇ ਹੁੰਦੇ ਰਾਵਣ ਆਉਂਦਾ ਏ ਹਰ ਮੈਂ ਤਾਂ ਬੜਾ ਤਗੜਾ ਬੰਦਾ ਮੇਰੇ ਲਈ ਕੀ ਹੈ ਉਹ ਕਹਿੰਦਾ ਬੱਚੇ-ਪੁੱਚੇ ਕੀ ਕਰਨਗੇ ਰਾਮ ਜੀ ਬੈਠੇ ਹੁੰਦੇ ਲਕਸ਼ਮਣ ਜੀ ਉਹਦੇ ਇੱਕ ਡਾਇਲੌਗ ਹੈ ਮੇਰਾ ਕਾਠ ਕਾ ਪੁਤਲਾ ਬਣਾਉਂ ਡਾਲੂ ਉਸਮੇ ਆਤਮਾ ਮੇਰੇ ਅੱਗੇ ਸਿਰ ਝੁਕਾਓ ਮੈਂ ਹੂੰ ਪਰਮਾਤਮਾ ਮੇਰੀ ਵਿਸ਼ਾਲ 부ਜਾਓ ਨੇ पहाड़ उठाया है इंद्र वरुण कुबेर मेरे बाणों से थर्राया है मुसा पंडित, मुसा योदा, संसार में ना कोई दूजा है अपने शीशों को काट काट शंकर को मैंने पूजा है कर लेंगे छोकरे घर हर एक काम को तो कौन जानेगा दुनिया में रावण के नाम को लंका के हम है राजा रावण हमारा नाम ये धनुष से उठाना है मामूली काम जय शंकर जय शंकर जय शंकर <laughs> ਕਿਆ ਬਾਤ ਹੈ ਇਹ ਇਹ 라वण ਦੀ ਆਵਾਜ਼ ਦੇ ਨਾਲੇ ਜ਼ਰੂਰੀ ਹੈ ਕਿ ਉਸ ਨੂੰ ਇੰਨੇ ਜੋਰ ਨਾਲ ਔਰ ਜੋਸ਼ ਨਾਲ ਬੋਲਣਾ ਪੈਂਦਾ ਹੈ ਕਿ ਉਸ ਦੇ ਕੈਰੈਕਟਰ ਦੇ ਵਿੱਚ ਉਹੀ ਚੀਜ਼ ਪ੍ਰਭਾਵ ਦੇਵੇ ਨਹੀਂ ਦੇਖੋ 라वण ਜਦੋਂ 라वण ਦੀ ਡਰੈਸ ਪਾ ਲੇਗਾ ਫਿਰ ਉਹ ਤੁਸੀਂ ਬਾਕੀ ਡਾਇਲੋਗ ਇਹ ਬੋਲਦੇ ਹੋ ਤਾਂ ਬੜੇ ਆਰਾਮ ਨਾਲ ਬੋਲਦੇ ਹੋ ਪਰ 라वण ਦਾ ਕੈਰੈਕਟਰ ਉਹ ਕੈਰੈਕਟਰ ਵਾਈਜ਼ ਹੈ ਨਾ ਜਿਵੇਂ ਹੁਣ ਦਸ਼ਰਥ ਦੇ ਕੈਰੈਕਟਰ ਉਹਦੇ 라वण ਨਾਲ ਹੀ ਗੱਲ ਨਹੀਂ ਲਾਏਗੀ ਉਹ 라वण ਦਾ 라वण ਵਾਲੀ ਉਹੀ ਇਸ ਲਈ ਉਸ ਨੂੰ ਜੋਰ ਨਾਲ ਇੱਕ ਬੁਲੰਦ ਆਵਾਜ਼ ਦੇ ਨਾਲ ਬੋਲਣਾ ਬਿਲਕੁਲ ਬਿਲਕੁਲ ਜਿਹੜੇ ਤੁਸੀਂ ਲੋਕ ਰਾਮਲੀਲਾ ਕਰਦੇ ਹੋ ਕਿ ਇਹਨਾਂ ਨੂੰ ਉਸ ਤਰੀਕੇ ਦੀ ਆਮ ਸਮਾਜ ਦੇ ਵਿੱਚ ਰੈਕੋਗਨੀਸ਼ਨ ਉਸ ਹਾਵ ਨਾਲ ਮਿਲਦੀ ਹੈ ਕੋਈ ਤੁਹਾਡੀ ਅਗਰ ਮੈਂ ਤੁਹਾਡੀ ਪਰਸਨੈਲਿਟੀ ਦੀ ਗੱਲ ਕਰਾਂ ਤਾਂ ਤੁਹਾਨੂੰ ਲੋਕ ਇੱਕ ਵੱਖਰੀ ਤਰ੍ਹਾਂ ਟਰੀਟ ਕਰਦੇ ਬਿਲਕੁਲ ਜੀ ਮੈਂ ਦੱਸਦਾ ਮੈਂ ਹਨੂਮਾਨ ਜੀ ਦਾ ਰੋਲ ਕਰਦਾ ਸੀ ਜਦੋਂ ਮੈਂ ਹਨੂਮਾਨ ਜੀ ਦਾ ਰੋਲ ਕਰਦਾ ਸੀ ਨਾ ਰਾਮ ਔਰ ਲਕਸ਼ਮਨ ਨੂੰ ਮੋਢੇ ਬਿਠਾ ਕੇ ਮੈਂ ਪੂਰੇ ਪ੍ਰੇਡ ਗ੍ਰਾਊਂਡ ਵਿੱਚ ਘੁੰਮਦਾ ਸੀਗਾ ਉਹ ਲੋਕਾਂ ਨੇ ਮੁੰਰੇ ਮੇਰੇ ਪੈਰਾਂ 'ਚ ਪੈ ਜਾਂਦੇ ਸੀਗੇ ਰਾਮ ਜੀ ਦੇ ਪੈਰੇ ਦੇ ਪੰਦੇ ਬੰਦੇ ਹਨੂਮਾਨ ਜੀ ਦੇ ਪੈਰੇ ਬਣੇ ਫਿਰ ਅਸੀਂ ਦਸ਼ਰਤ ਬਣੇ ਦਸ਼ਰਤ ਦਾ ਮਤ ਗਈ ਉਹਦੇ ਦਸ਼ਾਇਰੇ ਜਾਏਗਾ ਨਹੀਂ ਉਹਦੀ ਡੈਥ ਪਹਿਲਾਂ ਹੋ ਜਾਂਦੀ ਫਿਰ ਜਦੋਂ ਮੈਂ ਰਾਵਣ ਬਣਿਆ ਮੈਨੂੰ ਇੰਨਾ ਯਾਦ ਹੈ ਹਾਲੇ ਵੀ ਜਨ ਕਿ ਪਿਛਲੇ ਸਾਲ ਦੀ ਵੀ ਗੱਲ ਹੈ ਲੜਕੀਆਂ ਨਿਊ ਮੈਰਿਜ ਹੁੰਦੀ ਜਿਹੜੀਆਂ ਦੀ ਉਹਨਾਂ ਨੇ ਚੂੜਾ ਪਾਇਆ ਹੁੰਦਾ ਉਹਨਾਂ ਸੱਸ ਕਿਸੇ ਨਾਲ ਹੈ ਕਿਸੇ ਦੀ ਮਦਰ ਨਾਲ ਹੈ ਮੇਰੇ ਰਾਵਣ ਦੇ ਇੰਨਾ ਆਸ਼ੀਰਵਾਦ ਲੰਦੇ ਜੀ ਕੁਝ ਕਹਿਣ ਦੀ ਹੱਦ ਨਹੀਂ ਬਹੁਤ ਜ਼ਿਆਦਾ ਇੰਨੇ ਬਜ਼ੁਰਗ ਲੋਕ ਅਸੀਂ ਕੱਲ ਵੀ 올ਡਜ ਹੋਮ ਗਏਗੇ ਜਿੱਦ ਕੱਲ੍ਹ 올ਡਜ ਹੁੰਦੇ ਸੀਗੇ ਆਰਮਨ ਲਛਮਨ ਜੀ ਨੂੰ ਲੈ ਕੇ ਜਾਂਦੇ ਸੀ ਜਦੋਂ ਆਪਣੇ ਬੱਚੇ ਟਰਲੇ ਆਰਮਨ ਲਛਮਨ ਅਸੀਂ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਹਾਂ ਬਜ਼ੁਰਗਾਂ ਤੇ ਕਦੇ ਕਿਸੇ ਨੇ 라ਵਨ ਤਰ੍ਹਾਂ ਟ੍ਰੀਟ ਨਹੀਂ ਕੀਤਾ ਕਿ ਗੁੱਸਾ ਦਿਖਾਇਆ ਹੋਵੇ 라ਵਨ ਦੇ ਪ੍ਰਤੀ ਵੀ ਤੁਸੀਂ 라ਵਨ ਹੋ ਜਾਂ ਤੁਹਾਨੂੰ ਨਿੱਜੀ ਜ਼ਿੰਦਗੀ ਚ ਐਸੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਮੈਂ ਇਹ ਮੇਰੀ ਤਾਂ ਨਿਊਜ਼ ਪੇਪਰ ਚ ਤੁਸੀਂ ਖ਼ਬਰਾਂ ਪੜ੍ਹੋ ਮੈਂ ਮੇਰਾ ਖ਼ਬਰ ਦਾ ਹੈਡਿੰਗ ਹੁੰਦਾ ਸਟੇਜ ਘਰ 라ਵਨ ਜੀਵਨ ਕਾਰਾਮ ਮੈਂ ਬੜੇ ਅੱਛੇ ਕੰਮ ਕੀਤੇ ਮੈਨੂੰ ਬਰੇਵਰੀ ਵਾਰਡ ਤੱਕ ਮਿਲਿਆ ਹੋਇਆ ਮੈਨੂੰ ਪਿੱਛੇ ਲਾਸ਼ੋਣੀ ਆਪਣਾ 26 ਜਨਵਰੀ ਦੇ ਅਵਾਰਡ ਮਿਲਿਆ ਸੀਗਾ ਬੈਸਟ ਰਾਵਨ ਇਨ ਟ੍ਰਾਈ ਸਿਟੀ ਬੈਸਟ ਰਾਵਨ ਇਨ ਟ੍ਰਾਈ ਸਿਟੀ ਦਾ ਅਵਾਰਡ ਮਿਲਿਆ ਮਨੂੰ ਔਰ ਆਪਣੇ ਚੰਡੀਗੜ੍ਹ 17 ਸੈਟ ਪਰੇਡ ਗਰਾਊਂਡ ਦੇ 26 ਜਨਵਰੀ ਦੇ ਦਿੱਤਾ ਗਿਆ ਐਡਵਾਈਜ਼ਰ ਕੇ ਕੇ ਸ਼ਰਮਾ ਜੀ ਨੇ ਦਿੱਤਾ ਸੀ ਓਕੇ ਓਕੇ ਚਲੋ ਚਲੋ ਆਪਾਂ 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 ਕੁਝ ਹੋਰ ਗੱਲਬਾਤ ਕਰਾਂਗੇ ਇਹਨਾਂ ਨਾਲ ਇਹਨਾਂ ਦੀ ਪਰਸਨਲ ਲਾਈਫ ਬਾਰੇ ਇਹਨਾਂ ਦੀ ਫੈਮਿਲੀ ਬਾਰੇ ਕੁਝ ਤਜਰਬੇ ਸਾਂਝੇ ਕਰਾਂਗੇ ਇੱਕ ਛੋਟਾ ਜਿਹਾ ਬ੍ਰੇਕ ਅਸੀਂ ਹੋਰ ਲੈਣਾ ਬ੍ਰੇਕ ਤੋਂ ਬਾਅਦ ਆ ਕੇ ਖਾਸ ਮੁਲਾਕਾਤ ਨੂੰ ਅੱਗੇ ਵਧਾਉਂਦੇ ਹਾਂ ਤਵਾ ਦੇ ਕੁਆਰ ਫਿਰ ਸਵਾਗਤ ਹੈ ਜੀ ਸਾਡੀ ਗੱਲਬਾਤ ਚੱਲ ਰਹੀ ਹੈ ਸੁਨੀਲ ਸ਼ਰਮਾ ਹੋਰਾਂ ਦੇ ਨਾਲ ਜਿਹੜੇ ਕਿ 35 ਸਾਲ ਤੋਂ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾਉਦੇ ਆ ਰਹੇ ਨੇ ਵੱਖ-ਵੱਖ ਕਿਰਦਾਰ ਇਹਨਾਂ ਨੇ ਨਿਭਾਏ ਨੇ ਨਿਭਾਏ ਨੇ ਔਰ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੈ ਉਹ ਮੀਡੀਆ ਨਾਲ ਰਿਲੇਟਡ ਹੈ ਫੋਟੋ ਜਰਨਲਿਸਟ ਦਾ ਕੰਮ ਕਰਦੇ ਨੇ ਸੁਨੀਲ ਜੀ ਆਪਾਂ ਗੱਲ ਕਰ ਰਹੇ ਸੀ ਕਿ ਹਾਈ ਟੈਕ ਹੋ ਗਈ ਰਾਮਲੀਲਾ ਅੱਜ ਕੱਲ ਬਹੁਤ 35 ਸਾਲ ਦੇ ਵਿੱਚ ਬੜੇ ਬਦਲਾਅ ਆਏ ਹੋਣਗੇ ਮਾਡਰਨਾਈਜੇਸ਼ਨ ਹੋ ਗਈ ਹੈ ਨਾ ਸੋ ਪਬਲਿਕ ਦੇ ਰਿਸਪੌਂਸ ਦਾ ਕੋਈ ਫਰਕ ਪਿਆ ਕਿਉਂਕਿ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੰਟਰਨੈਟ ਮੋਬਾਈਲ ਅਗਰ ਆਪਾਂ ਪੰਜ ਜਾਣਿਆਂ ਨੂੰ ਦੇਖੀਏ ਇਕੱਠੇ ਬੈਠੇ ਬੱਚਿਆਂ ਨੂੰ ਯੰਗਸਟਰਸ ਨੂੰ ਟੀਨੇਜਰਸ ਨੂੰ ਤਾਂ ਉਹ ਮੋਬਾਈਲ ਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਆਂ ਅੱਜ ਕੱਲ ਬਹੁਤ ਮਾਪੇ ਬਾਪ ਦੀ ਇਹ ਪ੍ਰੋਬਲਮ ਵੀ ਹੈ ਕਿ ਬੱਚੇ ਸੋ ਐਸੇ ਵਿੱਚ ਜਿਹੜੇ ਰਾਮਲੀਲਾ ਵਰਗੇ ਸਮਾਗਮ ਨੇ ਉਹਨਾਂ ਪ੍ਰਤੀ ਲੋਕਾਂ ਦੀ ਅਟਰੈਕਸ਼ਨ 'ਚ ਕੋਈ ਫਰਕ ਪਿਆ ਹੈ ਮੈਂ ਕੋਈ ਦੇਖੋ ਇੱਕ ਤਾਂ ਜੀ ਟੀਵੀ ਸੀਰੀਅਲ ਜਿਹੜੇ ਆ ਰਹੇ ਨਾ ਹੂੰ ਇਧਰ ਸਾਡੀ ਰਾਮਲਾ ਸ਼ੁਰੂ ਹੋਣ ਵਾਲੀ ਹੁੰਦੀ ਉਦੋਂ ਟੀਵੀ ਸੀਰੀਅਲ ਚੱਲ ਰਿਹਾ ਹੁੰਦਾ ਸੀਰੀਅਲ ਜਿੰਨੀ ਲੇਡਿਸ ਹੈ ਉਹ ਸੀਰੀਅਲ ਦੇਖ ਕੇ ਹੀ ਰਾਮਲਾ ਦੇਖਣ ਜਾਂਦਾ ਉਹ ਰਖਦੇ ਆ ਕਿ ਅਸੀਂ ਸੀਰੀਅਲ ਸਾਡਾ ਸੀਰੀਅਲ ਨਾ ਨਿਕਲ ਜਾਏ ਠੀਕ ਹੈ ਮੈਂ ਤਾਂ ਇੱਕ ਰਿਕੁਐਸਟ ਆ ਕਰਾਂਗਾ ਜਿਹੜੇ ਸੀਰੀਅਲ ਬੰਦੇ ਆ ਉਹ ਦਿਨੇ ਚੱਲਨੇ ਚਾਹੀਦੇ ਆ ਰਾਤੀ ਜਦੋਂ ਰਾਮਲਾ ਸ਼ੁਰੂ ਹੋਣੀ 9 ਵਜੇ ਉਹ ਬੰਦ ਕਰ ਦੇਣ ਉਹਨੂੰ 9 ਤੋਂ 12 ਤੱਕ ਤੁਹਾਡੇ ਰਾਮਲੀਲਾ ਤੇ ਉਹਦਾ ਪ੍ਰਭਾਵ ਪੈਂਦਾ ਹੈ ਸਾਡੀ ਰਾਮਲਾ ਨਹੀਂ ਸਾਰੀ ਰਾਮਲਾ ਟੋਟਲ ਕਿਸੇ ਵੀ ਗੱਲ ਉਹ ਹੀ ਗੱਲ ਕਰਦਾ ਹੈ ਜੀ ਪੂਰੇ ਇੰਡੀਆ ਜਿੱਥੇ ਵੀ ਹੁੰਦੀ ਹੈ ਵੀ ਉਹਨਾਂ ਦੇ ਤੇ ਇੰਨਾ ਚੀਜ਼ਾਂ ਦਾ ਪ੍ਰਭਾਵ ਪੈਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਉਂਕਿ ਅਗਲੇ ਦਿਨ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਕਿ ਤੁਹਾਨੂੰ ਜਾਣਾ ਪਿਆ ਕਿ ਉਹਦੇ ਚ ਪਬਲਿਕ ਰਕਟ ਰਾਮਨਾ ਤਾਂ ਐਕਚੁਅਲੀ ਐਂਡ ਦੇਖੋ ਕੋਈ ਸ਼ੋਪ ਕੀਪਰ ਹੈ ਉਹ 8 ਵਜੇ ਦੁਕਾਨ ਬੰਦ ਕਰੇਗਾ ਉਹ ਘਰ ਜਾਏਗਾ ਚਾਹ ਪਾਣੀ ਪੀਵੇਗਾ ਖਾਣਾ ਖਾਏਗਾ ਉਸ ਤੋਂ ਬਾਅਦ ਆਪਣੇ ਬੱਚੇ ਲੈ ਕੇ ਆਏਗਾ ਨਾ ਜਿਵੇਂ ਅਸੀਂ ਰਾਮ ਲਲਾ 7 ਵਜੇ ਸ਼ੁਰੂ ਕਰ ਦਾਂਗੇ ਜੇ ਪੇਰੈਂਟਸ ਉਹਨੂੰ ਲਿਆ ਹੀ ਨਹੀਂ ਸਕਦੇ ਰਾਮ ਲਲਾ ਦੇਖਣ ਲਈ ਤੇ ਉਹ ਕਿਵੇਂ ਲੈ ਕੇ ਆਣਗੇ 7 ਵਜੇ ਰਾਮ ਲਲਾ ਸ਼ੁਰੂ ਹੁੰਦਾ ਕੋਈ ਆਈਡੀਆ ਨਹੀਂ ਹੈ 9 ਵਜੇ ਟਾਈਮ ਬਿਲਕੁਲ ਐਗਜੈਕਟ ਟਾਈਮ ਹੈ ਸਾਨੂੰ ਤਾਂ ਪਰਮਿਸ਼ਨ ਜਿਹੜੀ 12 ਵਜੇ ਤੱਕ ਪੁਲਿਸ ਨੇ ਜਿਹੜੀ ਗਵਰਨਮੈਂਟ ਨੇ ਪਰਮਿਸ਼ਨ ਦੀ 12 ਵਜੇ ਤੱਕ ਪਰਮਿਸ਼ਨ ਹੈ ਬਹੁਤ ਸਾਰੇ ਲੋਕ ਜਿਹੜੇ ਰਾਮਲੀਲਾ ਆਰਗੇਨਾਈਜ਼ ਕਰਦੇ ਆ ਉਹਨਾਂ ਦੀ ਹਮੇਸ਼ਾ ਇਹ ਸ਼ਿਕ ਸ਼ਿਕਾਇਤ ਨਹੀਂ ਹੈਗੀ ਕਿਉਂਕਿ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਲੋਕ ਇਸ ਇਲਾਕੇ ਦੇ ਵਿੱਚ ਲੋਕ ਇਸੇ ਲਈ ਜਾਣਦੇ ਆ ਕਿ ਤੁਹਾਡੀ ਪ੍ਰੋਮੋਸ਼ਨ ਅਖਬਾਰਾਂ ਚ ਮੀਡੀਆ ਚ ਬਹੁਤ ਜ਼ਿਆਦਾ ਹੋਈ ਹੈ ਕੀ ਸਿਰਫ ਇਹੀ ਵਜ੍ਹਾ ਕਿ ਤੁਸੀਂ ਖੁਦ ਮੀਡੀਆ ਨਾਲ ਜੁੜੇ ਹੋਏ ਹੋ ਇਸ ਲਈ ਨਹੀਂ 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 ਆ ਤਾਂ ਦੇਖੋ ਜਿਹੜੇ ਰਾਮ ਲਾਲੇ ਲੋਕ ਦੂਜੇ ਵੀ ਹਨ ਮੇਰੇ ਨਾਲ ਦੇ ਉਹ ਆਈ ਗੱਲਾਂ ਕਰਦੇ ਆ ਉਹ ਦੂਜੀ ਰਾਮ ਲਾਲ ਕਮੇਟੀਆਂ ਵਾਲੇ ਆਈ ਗੱਲਾਂ ਕਰਦੇ ਆ ਵੀ ਆ ਜਾਨੀ ਕਿ ਮੀਡੀਆ ਚ ਹੈਗਾ ਇਹਦੀ ਕਵਰੇਜ ਜਾਣ ਕੇ મતલਬ ਕਿ ਜਾਣ ਕੇ ਕਵਰੇਜ ਮੀਡੀਆ ਵਾਲੇ ਕਰਦੇ ਆ ਲੇਕਿਨ ਆ ਗੱਲ ਨਹੀਂ ਹੈ ਗੱਲ ਨਹੀਂ ਹੈ ਪਤਾ ਕੀ ਹੈ ਦੇਖੋ ਆਪਾਂ 스테ਜ ਤੇ ਰੌਣਕਾ ਸ਼ੁਰੂ ਕਰਾਂਗੇ 9 ਵਜੇ 9 ਵਜੇ ਸੀਨ ਸ਼ੁਰੂ ਕਰਾਂਗੇ 9 ਵਜੇ ਆਰਤੀ ਹੋਏਗੀ ਜੀ ਉਹ 9:30 ਵੱਜ ਜਾਣਗੇ 9:30 ਕਰਦੇ ਕਰਦੇ 10:00 ਵੱਜ ਜਾਣਗੇ ਸੈਟਿੰਗ ਕਰਦੇ ਕਰਦੇ ਪੜਦੇ ਉਹ 10:00 10:00 ਤੱਕ ਫੋਟੋਆਂ ਛਪਣੀਆਂ ਸ਼ੁਰੂ ਹੋ ਜਾਂਦੀਆਂ ਜਿਹੜਾ ਬੰਦਾ 10:00 ਫੋਟੋ ਕਿਚਨ ਆਏਗਾ ਉਹ ਖਿੱਚੇਗਾ ਫਿਰ ਜਾ ਕੇ ਨੈਟ ਤੇ ਪਾਏਗਾ ਚਲੋ ਹੁਣ ਤਾਂ ਨੈਟ ਸ਼ੁਰੂ ਹੋ ਗਏ ਤੇ ਪਹਿਲਾਂ ਬੜੀ ਪ੍ਰੋਬਲਮ ਸੀਗੀ ਪਹਿਲਾਂ ਪ੍ਰਿੰਟ ਬਣਾਉਣਾ ਬੰਦਾ ਪ੍ਰਿੰਟ ਜਾ ਕੇ ਫਿਰ ਸਕੈਨ ਹੁੰਦਾ ਸੀ ਤਾਂ ਮੰਦੇ ਸੀ ਉਹ ਨੈਟ ਤੇ ਪਾਏਗਾ ਮੇਲ ਜਾਏਗੀ ਫੋਟੋ ਤਾਂ ਛਪਣੀ ਜਾ ਕੇ ਇਸ ਕਰਕੇ ਨਾ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਵੀ ਰਾਮਲਾ ਲੇਟ ਸ਼ੁਰੂ ਹੁੰਦੀ ਐ ਇਸ ਕਰਕੇ ਮੀਡੀਆ ਕਵਰੇਜ ਨਹੀਂ ਕਰਦਾ ਔਰ ਤੁਸੀਂ ਮੰਨੋਗੇ 2006 ਤੱਕ ਮੀਡੀਆ ਕੋਈ ਕਵਰ ਨਹੀਂ ਕਰਦਾ ਬਹੁ ਰੀਅਰ ਕਰਦਾ ਸੀਗਾ ਬਹੁ ਰੀਅਰ 2006 'ਚ ਮੈਂ 라ਵਨ ਬਣਿਆ ਮੈਂ 라ਵਨ ਬਣ ਕੇ ਨਾ ਦਿਨੇ ਹੀ ਮਟਕਾ ਚੌਂਕ ਤੇ ਚਲੇ ਗਿਆ ਉਹ ਤਾਂ ਮਟਕਾ ਚੌਂਕ ਤੇ ਪਾਣੀ ਹੀ ਨਿਕਲਦਾ ਫੁਆਰਾ ਨਿਕਲਦਾ ਮੈਂ ਸ਼ਿਵਜੀ ਨੂੰ ਉੱਪਰ ਚੜਾ ਆਪਣੇ ਚੜ ਗਏ ਸ਼ਿਵਜੀ ਤੇ ਮੈਂ 라ਵਨ ਤਮਸਿਆ ਕਰ ਰਿਹਾ ਥੇ ਟੋਟਲ ਮੀਡੀਆ ਨੇ ਮੈਨੂੰ ਕਵਰ ਕੀਤਾ ਫਿਰ ਮੈਂ 라ਵਨ ਬਣ ਕੇ ਆਪਣਾ ਇਧਰ ਜੀ ਬਲੱਡ ਡੋਨੇਟ ਕੀਤਾ ਉਹ ਵੀ ਦਿਨੇ ਹੋ ਗਿਆ ਫਿਰ 라ਵਨ ਮੰਨ ਕੇ ਸਾਈਕਲ ਚਲਾਈ ਉਹ ਵੀ ਦਿਨੇ ਹੋ ਗਿਆ ਮੇਰੀ ਟੋਟਲ ਮੀਡੀਆ ਜਿਹੜੀ ਕਵਰੇਜ ਤੁਹਾਡੇ ਸਮਾਜਿਕ ਕੰਮਾਂ ਨੂੰ ਵੀ ਕਵਰੇਜ ਇਸ ਲਈ ਮਿਲੀ ਕਿਉਂਕਿ ਤੁਸੀਂ ਇੱਕ ਵੱਖਰੇ ਤਰੀਕੇ ਨਾਲ ਉਸ ਨੂੰ ਪ੍ਰੋਜੈਕਟ ਕੀਤਾ ਅਦਰਵਾਈਜ਼ ਜੇ ਜੇ ਇੱਕ ਆਮ ਸਿੰਪਲ ਬੰਦਾ ਬਲੱਡ ਡੋਨੇਟ ਕਰੇ ਤਾਂ ਉਹਦੀ ਕੋਈ ਕੋਈ ਕਿਤੇ ਖਬਰ ਨਹੀਂ ਨਾ ਹੀ ਹੁੰਦੀ ਕਿਤੇ ਕੋਈ ਕਵਰੇਜ ਹੈ ਬਿਲਕੁਲ ਠੀਕ ਫੈਮਿਲੀ ਵਾਈਜ਼ ਕਦੇ ਕੋਈ ਦਿੱਕਤ ਆਈ ਕਦੇ ਕੋਈ ਫੈਮਿਲੀ ਦੀ ਸਪੋਰਟ ਕਿਸ ਤਰੀਕੇ ਦੀ ਰਹੀ ਕਿਉਂਕਿ 24 ਘੰਟੇ ਮੀਡੀਆ ਲਈ ਕੰਮ ਕਰਨਾ ਫਿਰ ਜੇ ਕੁਝ ਟਾਈਮ ਬਚਿਆ ਤੇ ਰਾਮਲੀਲਾ ਨੂੰ ਦੇ ਦੇਣਾ ਫਿਰ ਪਰਿਵਾਰ ਦਾ ਟਾਈਮ ਕਿੱਥੇ ਗਿਆ ਕੋਈ ਮੈਂ ਤੁਹਾਨੂੰ ਫੈਮਿਲੀ ਦੀ ਗੱਲ ਸੁਣ ਲਓ ਫੈਮਿਲੀ ਐ ਮੈਂ ਮੈਂ ਦਸਹਿਰਾ ਬਣਿਆ ਕੋਈ ਇਤਰਾਜ਼ ਨਹੀਂ ਹੋਇਆ ਹਮ ਪਹਿਲਾ ਹਨੂਮਾਨ ਜੀ ਦਾ ਰੋਲ ਕਿਤਾ ਕੋਈ ਇਤਰਾਜ਼ ਨਹੀਂ ਹੋਇਆ ਕਿਸੇ ਨੂੰ ਕੋਈ ਇਤਰਾਜ਼ ਨਹੀਂ 90 ਜੀ ਮੇਰੀ ਮੈਰਿਜ ਹੋਈ ਹੈ ਮੈਰਿਜ ਦੇ ਟਾਈਮ ਮੈਂ ਹਨੂਮਾਨ ਜੀ ਦਾ ਰੋਲ ਕਰਦਾ ਹੁੰਦਾ ਸੀਗਾ ਤੇ ਮੇਰੀ ਮਦਰ ਨੇ ਕਿਹਾ ਨਾ ਮੇਰੀ ਵਾਈਫ ਨੇ ਮੇਰੀ ਮਦਰ ਨੂੰ ਕਿਹਾ ਨਾ ਵੀ ਮੈਂ ਮੰਜੇ ਤੇ ਸੌਂਦੀ ਹਾਂ ਤੇ ਆ ਥੱਲੇ ਸੌਂਦੇ ਆ ਉਹ ਕਹਿੰਦੇ ਆ ਮਤਲਬ ਕਿ ਵੀ ਹਨੂਮਾਨ ਜੀ ਦਾ ਰੋਲ ਹੀ ਐਸਾ ਵੀ ਇਹਨਾਂ ਨੇ ਜ਼ਮੀਨ ਤੇ ਹੀ ਸੋਨਾ ਉਹ ਦੋ ਚਾਰ ਵਾਰ ਉਹਨਾਂ ਨੂੰ ਥੋੜਾ ਮਹਿਸੂਸ ਹੋਇਆ ਲੇਕਿਨ ਉਹਨਾਂ ਨੇ ਸੈਮਟ ਕੀਤਾ ਇਸ ਚੀਜ਼ ਨੂੰ ਵੀ ਠੀਕ ਹੈ ਵੀ ਰਾਮ ਲਾਲ ਦੀਨ ਜਿਹੜੇ ਹੈਗੇ ਹਨ ਹਨੂਮਾਨ ਜੀ ਨੇ ਨੀਚੇ ਸੋਨਾ ਹੁੰਦਾ ਠੀਕ ਹੈ ਫਿਰ ਮੈਂ ਦਸ਼ਰਥ ਜੀ ਦੇ ਰੋਲ 'ਚ ਆ ਗਿਆ ਫਿਰ ਮੈਂ ਰਾਵਣ ਜਦੋਂ ਰਾਵਣ ਬਣਿਆ ਨਾ ਉਹ ਬੱਚੇ ਮੇਰੀ ਬੇਟੀ ਹੈ ਇੱਕ ਇੱਕ ਮੇਰਾ ਬੇਟਾ ਹੈ ਤੇ ਵਾਈਫ ਇਹਨਾਂ ਨੇ ਜਦੋਂ ਮਾਰਕੀਟ ਜਾਣਾ ਤੇ ਜਦੋਂ ਹੁਣ ਜਿਹੜੇ ਮੈਂ ਮੈਂ ਐਕਚੁਅਲੀ ਸਟੇਜ ਤੇ ਡਰੈਸ ਪਾ ਕੇ ਵੀ ਚੜਦਾ ਔਰ ਐਵੇਂ ਹੀ ਕਈ ਵਾਰੀ ਮਾਈਕ ਦੇ ਅੱਗੇ ਬੋਲਣਾ ਪੈਂਦਾ ਠੀਕ ਹੈ ਜਦੋਂ ਜਾਨਾ ਉਹਨਾਂ ਨੂੰ ਪਤਾ ਲੱਗਣਾ ਵੀ ਯਾਰ 라ਵਨ ਦੇ ਰੋਲ ਆ ਕਰਦੇ ਉਹਨਾਂ ਜਦੋਂ ਮਾਰਕੀਟ ਜਾਣਾ ਤਾਂ ਉਹਨਾਂ ਨੇ ਕੀ ਕਹਿਣਾ ਲੋਕਾਂ ਨੇ ਯਾਰ 라ਵਨ ਦੀ ਜਨਾਨੀ ਜਾ ਰਹੀ ਹੈ ਆ ਰਾਵਣ ਦੀ ਕੁੜੀ ਜਾ ਰਹੀ ਆ ਉਹਨੂੰ ਬੜਾ ਮਹਿਸੂਸ ਹੋਇਆ ਉਹਨਾਂ ਘਰ ਆ ਕੇ ਕਹਿਣਾ ਕਹਿੰਦਾ ਡੈਡੀ ਤੁਸੀਂ ਰਾਵਣ ਦਾ ਬਣ ਗਏ ਉਹ ਵੀ ਅਸੀਂ ਤਾਂ ਮਾਰਕੀਟ ਜਾਂਦੇ ਆ ਤੇ ਸਾਨੂੰ ਡੈਡੀ ਲੋਕ ਸਾਨੂੰ ਤੰਜ ਕੱਸਦੇ ਆ ਆ ਨਹੀਂ ਕਹਿੰਦੇ ਵੀ ਸੁਨੀਲ ਸ਼ਰਮਾ ਦੀ ਬੇਟੀ ਜਾ ਰਹੀ ਆ ਇਹ ਉਹਨਾਂ ਦੀ ਵਾਈਫ ਜਾ ਰਹੀ ਆ ਚਾਹੇ ਮਤ ਕਿ ਮਜ਼ਾਕ ਵਿੱਚ ਲਲੋ ਚਾਹੇ ਮਤ ਕਿ ਜਿਵੇਂ ਲਲੋ ਕੋਈ ਤੰਜ ਕਸਿਆ ਹੋਵੇ ਅੱਛਾ ਈਵਨ ਕਿ ਅਸੀਂ ਰਤੀ ਦੇਖੋ ਅਸੀਂ 12ਵੇਂ ਦਾ ਹੀ ਰਾਮਲਾ ਕਰਦੇ ਆ 1 ਵਜੇ ਤੇ ਅਸੀਂ ਬੈਠੇ ਨੇ 1:30 ਵਜੇ ਅਸੀਂ ਆਪਣੇ ਘਰ ਆਂਦੇ ਹਾਂ ਜਦੋਂ ਅਸੀਂ ਘਰ ਆਂਦੇ ਹਾਂ ਨਾ ਤਾਂ ਸਾਨੂੰ ਪਤਾ ਵੀ ਸਾਡੀ ਵਾਈਫ ਸਾਨੂੰ ਕਿਵੇਂ ਚਲਦੀ ਹੁੰਦੀ ਹੈ ਅਸੀਂ ਬੈਲ ਮਾਰਨੇ ਇੱਕ ਬੰਦਾ ਸੁੱਤਾ ਪਿਆ ਹੁੰਦਾ ਉਹਨੂੰ ਬੜੀ ਪ੍ਰੋਬਲਮ ਆਉਂਦੀ ਹੈ ਉਹ ਉੱਠੇਗੀ ਬੈਲ ਮਾਰ ਕੇ ਉੱਠੇਗੀ ਜਦੋਂ ਤਾਂ ਉਹਨੇ ਕੁੰਡੀ ਖੋਲਣੀ ਹੈ ਘਰ ਦਾ ਦਰਵਾਜ਼ਾ ਇੱਕ ਹੁੰਦਾ ਕਦੇ ਗਿਲਾ ਸ਼ਿਕਵਾ ਨਹੀਂ ਕੀਤਾ ਨਹੀਂ ਕਦੇ ਕਦੇ ਗਿਲਾ ਸ਼ਿਕਵਾ ਦੇਖੋ ਸਾਡੇ ਨਾਲ ਵੀ ਹੋਇਆ ਔਰ ਮੇਰੇ ਖਿਆਲ ਜਿੰਨੇ ਵੀ ਰਾਮ ਲਾਲ ਦੇ ਕਲਾਕਾਰ ਹੈ ਜਿੰਨੇ ਵੀ ਸਾਡੇ ਡਾਇਰੈਕਟਰ ਵੀ ਹੈਗੇ ਆ ਉਹ ਉਹਨਾਂ ਦੇ ਮਿਸੀ ਵਿਚਾਰੇ ਬਿਮਾਰ ਰਹਿੰਦੇ ਐ ਉਹ ਦੇਖੋ ਰਾਮ ਲਾਲ ਦੇ ਨਾਲ ਨਾ ਸਾਡੇ ਕਾ ਮੋਲੀ ਬੰਨੇ ਧਾਗਾ ਬੰਨੇ ਜਾਂਦਾ ਆਹ ਜਿਹੜਾ ਧਾਗਾ ਬੰਨੇ ਨਾ ਆ ਸਾਡੇ ਜਦੋਂ ਤੁਸੀਂ ਬੱਲੀ ਪੋਜਨ ਕਰਦੇ ਜਦੋਂ ਸਟੇ ਲਗਣੀ ਸ਼ੁਰੂ ਹੁੰਦੀ ਐ ਉਹਦੇ ਨਾਲ ਧਾਗਾ ਬੰਨੇ ਜਾਂਦਾ ਠੀਕ ਹੈ ਵੀ ਯਾਨੀ ਕਿ ਤੁਸੀਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਨਾ ਪਿਆਜ਼ ਨਹੀਂ ਖਾਣਾ ਵਿਸਕੀ ਨਹੀਂ ਪੀਣੀ ਸਿਗਰਟ ਨਹੀਂ ਪੀਣੀ ਤੇ ਸਾਨੂੰ ਸਭ ਕੋਈ ਮਨਜ਼ੂਰ ਹੁੰਦਾ ਮੈਂ ਤਾਂ ਵੈਸੇ ਵਿਸਕੀ ਵਗੈਰਾ ਤਾਂ ਪਿੰਦਾ ਹੀ ਨਹੀਂ ਮੈਨੂੰ ਹੈਨਾ ਤੇ ਆ ਜਿਹੜਾ ਧਾਗਾ ਬਣ ਜਾਂਦਾ ਫਿਰ ਆ ਜਦੋਂ ਰਾਮ ਲਖ ਖਤਮ ਹੋਏਗੀ ਦੁਸ਼ਹਿਰੇ ਤੋਂ ਬਾਅਦ ਸਾਨੂੰ ਪ੍ਰਾਈਮ ਉਹ ਤੋਂ ਬਾਅਦ ਇਸ ਧਾਗਾ ਉਤਾਰਾਂਗੇ ਫਿਰ ਇਹਨੂੰ ਅੱਗ ਲਾ ਕੇ ਹਵਨ ਕੀਤਾ ਜਾਂਦਾ ਜਲਾਇਆ ਜਾਂਦਾ ਆ ਸਾਡੀ ਇੱਕ ਸ਼ਰਤ ਹੁੰਦੀ ਹੈ ਔਰ ਸਾਨੂੰ ਸਭ ਨੂੰ ਐਕਸੈਪਟ ਹੈਗੀ ਬਾਕੀ ਫੈਮਿਲੀ ਦੀ ਗੱਲ ਹੈ ਜੀ ਫੈਮਿਲੀ ਦੇ ਦੇਖੋ ਅਗਰ ਫੈਮਿਲੀ ਸਾਡੇ ਨਾਲ ਹੈ ਤੇ ਅਸੀਂ ਰੋਲ ਕਰ ਸਕਦੇ ਜੇ ਫੈਮਿਲੀ ਸਾਡੇ ਜਨਾਨੀ ਲੜੇਗੀ ਸਪੋਰਟ ਨਹੀਂ ਕਰੇਗੀ ਦਿਲ ਨਹੀਂ ਕਰੇਗਾ ਰਾਮਰੇਸ਼ ਜਾਨਦੀਪ ਲਈ ਕਰੇਗਾ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਸਾਡੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਸਾਡੀ ਕੋਸ਼ਿਸ਼ ਇਹੀ ਸੀ ਕਿਉਂਕਿ ਅੱਜ ਕੱਲ ਦੁਸ਼ਹਿਰੇ ਦੇ ਦਿਨ ਨੇ RAM LILA ਦਾ ਜ਼ੋਰ ਹੈ ਲੋਕ ਪੂਰੇ ਧਾਰਮਿਕ ਰੰਗ ਚ ਰੰਗੇ ਹੋਏ ਐ ਔਰ ਕਿਸ ਤਰੀਕੇ ਨਾਲ ਤਾਂ RAM LILA ਆਰਗੇਨਾਈਜ਼ ਹੁੰਦੀ ਹੈ ਕੀ ਕੀ ਪ੍ਰੋਬਲਮਸ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਔਰ ਖਾਸ ਕਰਕੇ ਜਿਹੜੇ ਕਲਾਕਾਰ ਉਸ ਦੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਦੀਆਂ ਭਾਵਨਾਵਾਂ ਕੀ ਨੇ ਜਾਂ ਕਿਸ ਤਰੀਕੇ ਨਾਲ ਉਹ ਇਹਨਾਂ ਦੇ ਨਾਲ ਜੁੜੇ ਨੇ ਇਹੀ ਮਕਸਦ ਸੀ ਅੱਜ ਅਸੀਂ ਸੁਨੀਲ ਸ਼ਰਮਾ ਜੀ ਨੂੰ ਆਪਣੇ ਸਟੂਡੀਓ ਦੇ ਵਿੱਚ ਖਾਸ ਮੁਲਾਕਾਤ ਦੇ ਲਈ ਬੁਲਾਇਆ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ